ਕਹਿੰਦੇ ਨੇ ਜੋਸ਼ ਜਨੂੰਨ ਤੇ ਜਜ਼ਬਾ ਹੋਵੇ ਤਾਂ ਕਾਮਯਾਬੀ ਜ਼ਰੂਰ ਮਿਲਦੀ ਹੈ। ਰਾਜਸਥਾਨ ਦੇ ਭੀਲਵਾੜਾ ਜ਼ਿਲ੍ਹੇ ਦੀ ਹੁਰੜਾ ਪੰਚਾਇਤ ਸਮਿਤੀ ਦੇ ਰੂਹੇਪਾਲੀ ਪਿੰਡ ਵਿੱਚ ਦੋ ਭਰਾਵਾਂ ਨੇ ਆਪਣੀ ਮਿਹਨਤ ਸਦਕਾ ਸਫਲਤਾ ਦੀ ਨਵੀਂ ਇਬਾਰਤ ਲਿਖੀ ਹੈ। ਦੋਵੇਂ ਭਰਾਵਾਂ ਨੇ ਗਰਮੀ ਦੇ ਮੌਸਮ ਵਿੱਚ ਅਨਾਰ ਦਾ ਉਤਪਾਦਨ ਕੀਤਾ ਹੈ। ਮਰੂਧਰਾ ਵਿੱਚ 60 ਵੀਘੇ ਜ਼ਮੀਨ ਤੇ ਲੱਖਾਂ ਰੁਪਏ ਦੇ ਅਨਾਰ ਦਾ ਉਤਪਾਦਨ ਹੋ ਰਿਹਾ ਹੈ। ਖਾਸ ਗੱਲ ਇਹ ਹੈ ਕਿ ਉਹਨਾਂ ਫਸਲੀ ਚੱਕਰ ਨੂੰ ਅਪਣਾਇਆ ਤੇ ਗਰਮੀ ਦੇ ਮੌਸਮ ਵਿੱਚ ਵੀ ਅਨਾਰ ਦਾ ਉਤਪਾਦਨ ਕਰ ਲਿਆ। ਇਸ ਦੀ ਸ਼ੁਰੂਆਤ 2004-5 ਮੇਂ ਕੀ ਥੀ, ਜਬ 20 ਵੀਘਾ ਅਨਾਰ ਕੇ ਪੌਦੇ ਵਹਾਂ ਸੇ ਮਹਾਰਾਸ਼ਟਰ ਸੇ ਮੰਗਾਏ ਗਏ ਥੇ ਔਰ ਉਸਕੇ ਬਾਅਦ ਜਬ ਬੜਾਏ ਜੋ ਯਹੀਂ ਸੇ ਪੌਦੇ ਤਿਆਰ ਕਰਕੇ ਯਹੀਂ ਬੜਾਏ, ਅਭੀ 50-60 ਵੀਘਾ ਮੇਂ ਅਨਾਰ ਹੈ। ਪਹਿਲਾਂ ਵੱਡੇ ਭਰਾ ਮਹਾਰਾਸ਼ਟਰ ਵਿੱਚ ਟਰੈਕਟਰ ਕੰਪਰੈਸਰ ਦਾ ਵਪਾਰ ਕਰਦੇ ਸੀ, ਉੱਥੇ ਅਨਾਰ ਦਾ ਚੰਗਾ ਉਤਪਾਦਨ ਦੇਖ ਕੇ ਉਹਨਾਂ ਆਪਣੇ ਇੱਥੇ ਸ਼ੁਰੂਆਤ ਕੀਤੀ। ਨੌਜਵਾਨ ਕਿਸਾਨਾਂ ਨੇ ਅਨਾਰ ਦੀ ਕੰਧਾਰੀ ਕਿਸਮ ਲਗਾਈ ਹੈ। ਅਨਾਰ ਦੀ ਇਹ ਕਿਸਮ ਸਿਰਫ ਮਹਾਰਾਸ਼ਟਰ ਵਿੱਚ ਹੀ ਬੋਈ ਜਾਂਦੀ ਹੈ, ਪਰ ਵਰਤਮਾਨ ਵਿੱਚ ਇਹ ਕਿਸਮ ਉੱਥੇ ਵੀ ਖਤਮ ਹੋ ਚੁੱਕੀ ਹੈ। ਕੰਧਾਰੀ ਕਿਸਮ ਦੇ ਅਨਾਰ ਦੇ ਦਾਣੇ ਬਿਲਕੁਲ ਲਾਲ ਹੁੰਦੇ ਨੇ। 60 ਵੀਘੇ ਜ਼ਮੀਨ ਵਿੱਚ 4,000 ਬੂਟੇ ਲਗਾਏ ਨੇ। 100 ਤੋਂ 120 ਰੁਪਏ ਪ੍ਰਤੀ ਕਿਲੋ ਹੋਲਸੇਲ ਦੇ ਭਾਅ ਤੇ ਅਨਾਰ ਵਿਕ ਰਿਹਾ ਹੈ। ये क्वालिटी अपने पास ही है और आज के मतलब कम से कम मैं 2004-5 में लेके आया था महाराष्ट्र से, वहाँ भी करीब करीब खत्म हो गई है। नौजवान किसानों के मुताबिक वो फसली चक्र नु अपनाउंदे ने, इसलिए गर्मी की रुत विच भी अनार का उत्पादन होंदा है। सर्द रुते जब अनार के बूटे ते फ्लावरिंग आती है तो उन्होंने फ्लावरिंग तुड़वा दिता जाता है, जिस नाल गर्मी की रुत विच भी उत्पादन होंदा है। गर्मी की रुत विच अनार का उत्पादन होने नाल चंगे भाव ते चंगा मेहनताना मिल जाता है। साल विच सारे खर्च कट के 50 तों 60 लाख रुपए की आमदनी हो जाती है। फसल चक्र को बदलने के लिए जब अनार के पौधे पर फूल और इस तरह के आते हैं तो उनको लेबर लगा के तुड़वा देते हैं और फिर सर्दी में हाँ रेस्ट मिल जाता है पौधों को थोड़ा, और फिर जब लेना होता है तब अपन इसकी ਪੱਜੜ ਕਰਕੇ ਫਿਰ ਨਈ ਪ੍ਰਕਿਰਿਆ ਸ਼ੁਰੂ ਕਰਦੇ ਹਾਂ। ਦੋਵੇਂ ਭਰਾਵਾਂ ਦਾ ਕਹਿਣਾ ਹੈ ਕਿ ਨੌਜਵਾਨਾਂ ਨੂੰ ਸਿੱਖਿਅਤ ਹੋਣ ਤੋਂ ਬਾਅਦ ਰੋਜ਼ਗਾਰ ਲਈ ਭਟਕਣਾ ਨਹੀਂ ਚਾਹੀਦਾ, ਜੇਕਰ ਖੇਤੀ ਲਈ ਜ਼ਮੀਨ ਹੈ ਤਾਂ ਇਸ ਤੋਂ ਬਿਹਤਰ ਕੋਈ ਬਦਲ ਨਹੀਂ ਹੈ, ਤੁਸੀਂ ਦੂਜਿਆਂ ਨੂੰ ਵੀ ਰੋਜ਼ਗਾਰ ਦੇ ਸਕਦੇ ਹੋ। ਪਰੰਪਰਾਗਤ ਖੇਤੀ ਕੋ ਛੋੜ ਕਰ ਹਾਰਟੀਕਲਚਰ ਮੇਂ ਉਦਯਾਨ ਕੀ ਤਰਫ ਆਪਣਾ ਧਿਆਨ ਕੇਂਦਰਿਤ ਕਰਨਾ ਚਾਹੀਏ। ਪੰਛੀਆਂ ਤੋਂ ਅਨਾਰ ਨੂੰ ਬਚਾਉਣ ਲਈ ਬਾਗਾਨ ਵਿੱਚ ਨੈੱਟ ਲਗਾਈ ਹੈ, ਡ੍ਰਿਪ ਸਿਸਟਮ ਨਾਲ ਪਾਣੀ ਦਿੱਤਾ ਜਾਂਦਾ ਹੈ, ਇਸ ਨਾਲ ਪਾਣੀ ਦੀ ਵੀ ਬਚਤ ਹੁੰਦੀ ਹੈ। ਇੱਥੋਂ ਰੋਜ਼ਾਨਾ 100 ਕੈਰਟ ਅਨਾਰ ਰਾਜਸਥਾਨ ਦੇ ਦੂਜੇ ਜ਼ਿਲ੍ਹਿਆਂ ਵਿੱਚ ਵਿਕਣ ਜਾਂਦਾ ਹੈ। ਦੋਵੇਂ ਭਰਾ ਨੌਕਰੀ ਦੀ ਥਾਂ ਤੇ ਖੇਤੀ ਕਰ ਲੱਖਾਂ ਕਮਾ ਰਹੇ ਨੇ ਤੇ ਦੂਜਿਆਂ ਨੂੰ ਵੀ ਰੋਜ਼ਗਾਰ ਦੇ ਰਹੇ ਨੇ। ਮਰੂਧਰਾ ਦੇ ਇੱਕ ਕਿਸਾਨ ਭਰਾ ਉਹਨਾਂ ਲੋਕਾਂ ਲਈ ਇੱਕ ਮਿਸਾਲ ਪੇਸ਼ ਕਰ ਰਹੇ ਨੇ ਜੋ ਖੇਤੀ ਕਿਸਾਨੀ ਨੂੰ ਲਾਹੇ ਦਾ ਵਪਾਰ ਨਹੀਂ ਸਮਝਦੇ। ਬਿਊਰੋ ਰਿਪੋਰਟ, ETV ਭਾਰਤ। To watch 24/7 News Live, download ETV Bharat app.